ਅਤੇ ਸਤਿ ਸ਼੍ਰੀ ਅਕਾਲ ਵੀਰੋ, ਨਵੀਂ ਅਪਡੇਟ ਆ ਚੁੱਕੀ ਹੈ ਜੀ ਹੋਮਗਾਰਡ ਦੇ ਜਵਾਨਾਂ ਦੀ। ਅਤੇ ਹੋਮਗਾਰਡਾਂ ਦੇ ਜਵਾਨਾਂ ਦੀ ਅਪਡੇਟ ਆ ਚੁੱਕੀ ਹੈ ਜੀ ਉੱਤਰਾਖੰਡ 'ਚੋਂ। ਉੱਤਰਾਖੰਡ 'ਚੋਂ ਇਹ ਅਪਡੇਟ ਆਈ ਹੈ ਜੀ, ਉੱਤਰਾਖੰਡ 'ਤੇ ਫਿਰ ਦੁਬਾਰ ਦੀ ਭਰਤੀ ਆਉਣ ਵਾਲੀ ਹੈ ਜੀ ਹੋਮਗਾਰਡ ਦੇ ਜਵਾਨਾਂ ਦੀ। 6500 ਦੇ ਉੱਤੇ ਜਵਾਨ ਪਹਿਲਾਂ ਹੀ ਤੈਨਾਤ ਹੈਗੇ ਨੇ ਜੀ ਹੋਮਗਾਰਡ ਦੇ ਜਵਾਨ ਹੈਗੇ ਜੀ ਉੱਤਰਾਖੰਡ ਵਿੱਚ। ਅਤੇ ਇਹ ਭਰਤੀ ਤਾਂ ਕਰਵਾਈ ਜਾ ਰਹੀ ਹੈ ਕਿਉਂਕਿ ਕੁੰਭ ਦਾ ਮੇਲਾ ਲੱਗਣ ਵਾਲਾ, ਕੁੰਭ ਦਾ ਮੇਲਾ ਲੱਗਣ ਵਾਲਾ ਜੀ ਉੱਤਰਾਖੰਡ 'ਚ। ਇਸ ਕਰਕੇ ਉੱਤਰਾਖੰਡ ਦੇ ਵਿੱਚ ਫਿਰ ਦੁਬਾਰ ਦੀ ਭਰਤੀ ਸ਼ੁਰੂ ਹੋਣੀ ਹੈ ਜੀ। 3250 ਯਾਨੀ ਕਿ 3250 ਬੰਦੇ ਰੱਖਣੇ ਆ, 3250 ਹੋਮਗਾਰਡ ਦੇ ਜਵਾਨ ਰੱਖੇ ਜਾਣਗੇ ਜੀ ਉੱਤਰਾਖੰਡ ਦੇ ਵਿੱਚ। ਅਤੇ ਇਹ ਭਰਤੀ ਜਲਦੀ ਆਉਣ ਵਾਲੀ ਹੈ ਕਿਉਂਕਿ ਕੁੰਭ ਦਾ ਮੇਲਾ ਵੀ ਜਲਦ ਲੱਗਣ ਵਾਲਾ, ਉਸ ਤੋਂ ਪਹਿਲਾਂ ਪਹਿਲਾਂ ਭਰਤੀ ਹੋਏਗੀ ਤਾਂ ਕਿ ਕੁੰਭ ਦੇ ਮੇਲੇ ਦੇ ਵਿੱਚ ਕੋਈ ਸੁਰੱਖਿਆ ਇੰਤਜ਼ਾਮਾਂ 'ਚ ਅਟਕੇਲਣਾ ਨਾ ਹੋਣ। ਇਸ ਕਰਕੇ ਇਹ ਭਰਤੀ ਹੋ ਜਾਣੀ ਹੈ, ਭਰਤੀ ਜਲਦ ਹੋ ਜਾਣੀ ਹੈ। ਅਤੇ ਜਦੋਂ ਕੋਈ ਹੋਰ ਜ਼ਿਲ੍ਹੇ ਦੀ ਵੀ ਕੋਈ ਭਰਤੀ ਹੋਏਗੀ ਤਾਂ ਅਸੀਂ ਜ਼ਰੂਰ ਲੈ ਕੇ ਆਵਾਂਗੇ। ਅਤੇ ਵੈਸੇ ਵੀ ਤੁਹਾਨੂੰ ਪਤਾ ਹੋਮਗਾਰਡ ਦੇ ਜਵਾਨਾਂ ਦੀ ਕੋਈ ਵੀ ਵੀਡੀਓ ਆਉਂਦੀ ਹੈ ਤਾਂ ਅਸੀਂ ਲੈ ਜਾਂਦੇ ਹਾਂ ਕਿ ਹਰ ਜ਼ਿਲ੍ਹੇ ਦੀ ਲੈ ਕੇ ਆਉਂਦੇ ਹਾਂ ਕਿਉਂਕਿ ਪਹਿਲਾਂ ਯੂਪੀ 'ਚ ਵੀ ਭਰਤੀ ਸ਼ੁਰੂ ਹੋਣ ਵਾਲੀ ਹੈ ਜੀ ਅਗਲੇ ਮਹੀਨੇ, ਉਸ ਤੋਂ ਬਾਅਦ ਬਿਹਾਰ 'ਚ ਵੀ ਅਗਲੇ ਮਹੀਨੇ, ਅਤੇ ਹੁਣ ਉੱਤਰਾਖੰਡ ਦੀ ਵੀ ਅਪਡੇਟ ਆ ਚੁੱਕੀ ਹੈ ਜੀ। ਉੱਤਰਾਖੰਡ ਦੇ ਵਿੱਚ ਵੀ ਜਲਦ ਭਰਤੀ ਸ਼ੁਰੂ ਹੋਣ ਵਾਲੀ ਹੈ। ਹੋ ਸਕਦਾ ਇੰਡੀਆ ਦੇ ਹਰ ਸ਼ਹਿਰ ਹਰ ਜ਼ਿਲ੍ਹੇ ਦੇ ਵਿੱਚ ਭਰਤੀ ਸ਼ੁਰੂ ਹੋ ਜਾਵੇ ਕਿਉਂਕਿ ਸਰਕਾਰ ਕਰੀ ਜਾ ਰਹੀ ਹੈ ਭਰਤੀਆਂ ਹੋਮਗਾਰਡ ਦੇ ਜਵਾਨਾਂ ਦੀਆਂ, ਅਤੇ ਹੋਮਗਾਰਡਾਂ ਦੇ ਜਵਾਨਾਂ ਦੀ ਹੋ ਜਾਣੀ ਹੈ ਬੱਲੇ ਬੱਲੇ। ਜੇ ਹੋਮਗਾਰਡਾਂ ਦੇ ਜਵਾਨਾਂ ਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਕਰਿਆ ਕਰੋ, ਅਤੇ ਸਬਸਕ੍ਰਾਈਬ ਕਰਕੇ ਚੈਨਲ ਘੰਟੇ ਦੇ ਬਟਨ ਨੂੰ ਜ਼ਰੂਰ ਦਬਾ ਦਿਆ ਕਰੋ ਤਾਂ ਕਿ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਜਲਦ ਤੋਂ ਜਲਦ ਪਾ ਲਿਆ ਕਰੋ। ਅਤੇ ਮਿਲਾਂਗੇ ਨਾ ਵੀਡੀਓ, ਤਦ ਤੱਕ ਲਈ ਨਮਸਕਾਰ ਅਤੇ ਸਤਿ ਸ਼੍ਰੀ ਅਕਾਲ ਵੀਰੋ।